ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰਾਂ ਦੇ ਪ੍ਰਚਾਰ ਪ੍ਰਸਾਰ ਸੇਵਾ ਸੰਭਾਲ ਤੇ ਸੁਚੱਜੇ ਪ੍ਰਬੰਧ ਦੇ ਵਾਸਤੇ ਸਾਡੇ ਬੜਪੁਰਖਿਆਂ ਨੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦੀ ਆਰੰਭਤਾ ਕੀਤੀ ਜਿਸ ਦਾ ਮੁੱਖ ਮਕਸਦ ਸੀ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਸਰਕਾਰੀ ਮਹੰਤ ਪ੍ਰਿਸ਼ਟ ਬਿਰਤੀ ਦੇ ਲੋਕ ਨਰੈਣੂ ਪੁਝਾਈਏ ਪੰਥ ਰੁشناਈਏ ਔਰ ਇਸ ਦੀ ਸਫਲਤਾ ਵਾਸਤੇ ਕਈ ਤਰ੍ਹਾਂ ਦੇ ਮੋਰਚੇ ਲੱਗੇ ਸ਼ਹਾਦਤਾਂ ਹੋਈਆਂ ਜਿਨ੍ਹਾਂ ਦੇ ਵਿੱਚ ਇੱਕ ਅਹਿਮ ਮੋਰਚੇ ਦਾ ਜ਼ਿਕਰ ਆਉਂਦਾ ਹੈ ਮੋਰਚਾ ਗੁਰੂ ਕਾ ਬਾਗ ਕਰੀਬਨ 3 ਮਹੀਨੇ ਚੱਲਿਆ ਸੁੰਦਰ ਦਾਸ ਮਹੰਤ ਜੋ ਗੋਰੀ ਸਰਕਾਰ ਤੇ ਕਾਲੇ ਦਿਲ ਵਾਲਿਆਂ ਦਾ ਹੱਥ ਠੋਕਾ ਸੀ ਜਿਸ ਦੀ ਮਿਹਰਬਾਨੀ ਨਾਲ ਸਿੱਖ ਸੰਗਤਾਂ ਦੇ ਵੱਡੇ ਪੱਧਰ ਤੇ ਤਸ਼ੱਦਦ ਹੋਇਆ ਡਾਂਗਾ ਚੱਲੀਆਂ ਜ਼ਬਰ ਜ਼ੁਲਮ ਦਾ ਮੁਕਾਬਲਾ ਗੁਰੂ ਕੇ ਸਿੱਖਾਂ ਨੇ ਸਬਰ ਨਾਲ ਕੀਤਾ ਔਰ ਤਿੰਨ ਮਹੀਨਿਆਂ ਦੀ ਕਸ਼ਮਕਸ਼ ਤੋਂ ਬਾਅਦ ਇਹ ਸਾਰਾ ਫੈਸਲਾ ਗੁਰੂ ਕੇ ਸਿੱਖਾਂ ਦੇ ਹੱਕ ਚ ਗਿਆ ਜਿਸ ਦੀ 100 ਸਾਲਾ ਸ਼ਤਾਬਦੀ ਨੂੰ ਮਨਾਉਣ ਵਾਸਤੇ ਜਿੱਥੇ ਸਮੁੱਚਾ ਸਿੱਖ ਪੰਥ ਪੱਬਾਂ ਭਾਰ ਹੋ ਕੇ ਮਨਾ ਰਿਹਾ ਹੈ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ ਬਾਦਲਕਿਆਂ ਵੱਲੋਂ ਵੀ ਪੂਰਾ ਤਾਨ ਲਾਇਆ ਜਾ ਰਿਹਾ ਹੈ ਕਿ ਇਸ ਸਤਾਬਦੀ ਨੂੰ ਮਨਾ ਕੇ ਤੇ ਬਾਦਲਕਿਆਂ ਨੂੰ ਆਕਸੀਜਨ ਦੇ ਕੇ ਕੋਮਾ ਵਿੱਚੋਂ ਬਾਹਰ ਲਿਆਂਦਾ ਜਾਵੇ ਜੋ ਸਾਹਮਣੇ ਦਿਸ ਰਿਹਾ ਹੈ ਕੱਲ 8 ਤਰੀਕ ਨੂੰ ਉੱਥੇ ਵੱਡੇ ਪੱਧਰ ਤੇ ਸਮਾਗਮ ਹੋਣਗੇ 100 ਸਾਲਾ ਸ਼ਤਾਬਦੀ ਮੋਰਚਾ ਗੁਰੂ ਕਾ ਬਾਗ ਅਸੀਂ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੌਕਾ ਦਿੰਦੇ ਹੋਏ ਉੱਥੇ ਪਹੁੰਚਣ ਵਾਲੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਆਂ ਸੰਗਤ ਜੀ ਜਿੱਥੇ ਗੁਰੂ ਕੇ ਬਾਗ ਦੇ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਿਓ ਉੱਥੇ ਇਹਨਾਂ ਬਾਦਲ ਗਿਆਨ ਨੂੰ ਜ਼ਰੂਰ ਪੁੱਛਿਓ ਕਿ ਜੇ ਸੁੰਦਰ ਦਾਸ ਮਹੰਤ ਤੇ ਕਾਲੀ ਦਿਲ ਵਾਲੀ ਗੋਰੀ ਸਰਕਾਰ ਨੇ ਸਾਡੇ ਵਡਪੁਰਖਿਆਂ ਤੇ ਡਾਂਗਾਂ ਦੇ ਮੀਂਹ ਵਰਾ ਕੇ ਉਹਨਾਂ ਦੇ ਹੱਥ ਪੈਰ ਤੋੜ ਕੇ ਉਹਨਾਂ ਨੂੰ ਜੇਲ੍ਹਾਂ ਚ ਸੁੱਟ ਕੇ ਸ਼ਹੀਦ ਕਰਕੇ ਗਲਤ ਕੀਤਾ ਸੀ ਜਿਨ੍ਹਾਂ ਦਾ ਅੱਜ ਤੁਸੀਂ 100 ਸਾਲਾ ਮਨਾ ਰਹੇ ਹੋ ਤਾਂ ਕੀ ਜਿਹੜੇ ਬਾਦਲਕਿਆਂ ਨੇ ਪ੍ਰਬੰਧ ਹੀਟ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਸਿੱਖ ਨੌਜਵਾਨ ਬਜ਼ੁਰਗ ਉਹਨਾਂ ਨੂੰ ਡਾਂਗਾ ਫੇਰੀਆਂ ਲੱਤਾਂ ਬਾਹਾਂ ਤੋੜੀਆਂ ਉਹਨਾਂ ਤੇ ਤਸ਼ੱਦਦ ਵੀ ਹੋਇਆ ਹਸਪਤਾਲਾਂ 'ਚ ਵੀ ਪਹੁੰਚਾਏ ਤੇ ਜੇਲ੍ਹਾਂ 'ਚ ਵੀ ਪਹੁੰਚਾਏ ਤੇ ਕੇਸ ਵੀ ਚੱਲੇ ਉਦੋਂ ਬਾਅਦ ਬਾਬਾ ਬੁੱਢਾ ਸਾਹਿਬ ਕਥੋਂ ਨੰਗਲ ਵਿਖੇ ਮਾਨ ਸਾਹਿਬ ਦੇ ਸਮੂੱਚੇ ਜਥੇ ਤੇ ਹਮਲਾ ਕਰਕੇ ਸਿਮਰਨਜੀਤ ਸਿੰਘ ਮਾਨ ਦੇ ਸਮੇਤ ਇਹਨਾਂ ਨੂੰ ਸੱਟਾਂ ਮਾਰੀਆਂ ਗਈਆਂ ਉੱਥੇ ਵੀ ਰੱਜ ਕੇ ਇਹਨਾਂ ਨੇ ਸਿੱਖਾਂ ਨੂੰ ਡਾਂਗ ਫੇਰੀ ਉਦੋਂ ਬਾਅਦ ਜੇ ਕਿਦਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਇਨਸਾਫ ਦੀ ਗੱਲ ਕਰੀਏ ਸਿੱਖ ਸੰਗਤਾਂ ਨੇ ਇੰਨਾ ਹੀ ਪੁੱਛਿਆ ਸੀ ਇਹ ਦੱਸ ਦਿਓ ਸਰੂਪ ਕਿਉਂ ਦਿੱਤੇ ਤੇ ਕਿੱਥੇ ਦਿੱਤੇ 40 ਦਿਨ ਉਹ ਬੈਠਣ ਵਾਲੀਆਂ ਸਿੱਖ ਸੰਗਤਾਂ ਵਾਹਿਗੁਰੂ ਦਾ ਜਾਪ ਕਰ ਰਹੀਆਂ ਸਨ ਪਰ ਬਾਦਲ ਗਿਆ ਦੀ ਗੁੰਡਾ ਬਰਗੇਡ ਤਾਸਕ ਫੋਰਸ ਨੇ ਉਨਾਂ ਸਿੰਘ ਤੇ ਸਿੰਘਣੀਆਂ ਬੱਚਿਆਂ ਬਜ਼ੁਰਗਾਂ ਤੇ ਅੰਨਾ ਤਸ਼ੱਦਦ ਕੀਤਾ ਜਿਹੜਾ ਕਿ ਗੁਰੂ ਕੇ ਬਾਗ ਵਾਲੇ ਮੋਰਚੇ ਨੂੰ ਵੀ ਮਾਤ ਪਾਉਂਦਾ ਸੀ ਤੇ ਕੱਲ ਨੂੰ 8 ਤਰੀਕ ਨੂੰ ਜਾਣ ਵਾਲੀਆਂ ਸੰਗਤਾਂ ਜ਼ਰੂਰ ਪੁੱਛਣ ਜੇ ਕਾਲੇ ਦਿਲ ਵਾਲੀ ਗੋਰੀ ਸਰਕਾਰ ਨੇ ਮਹੰਤ ਸੁੰਦਰਦਾਸ ਵਰਗਿਆਂ ਨਾਲ ਮਿਲ ਕੇ ਸਿੱਖਾਂ ਨੂੰ ਡਾਂਗ ਫੇਰ ਕੇ ਬਹੁਤ ਗਲਤ ਕੀਤਾ ਹੈ ਤੇ ਫਿਰ ਇਥੇ ਸੁੰਦਰ ਦਾਸ ਦੇ ਵਾਰਸ ਬਾਦਲ ਕੇ ਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥ ਠੋਕੇ ਬਣ ਕੇ ਇਹਨਾਂ ਬਾਦਲ ਕਿਆਂ ਨੇ ਸਿੱਖਾਂ ਨੂੰ ਡਾਂਗ ਫੇਰ ਕੇ ਸਹੀ ਕੀਤਾ ਇਹਦਾ ਜਵਾਬ ਜ਼ਰੂਰ ਲੈਣ ਨਹੀਂ ਦਿੰਦੇ ਤੇ 100 ਸਾਲ ਪਹਿਲਾਂ ਮਹੰਤਾਂ ਦਾ ਸਫਾਇਆ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ ਸੀ ਤੇ ਸੰਗਤ ਜੀ ਅੱਜ 100 ਸਾਲਾ ਸ਼ਤਾਬਦੀ ਤੇ ਪੰਨ ਕਰਕੇ ਜਾਇਓ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਬਾਦਲ ਕੇ ਹੀ ਨਹੀਂ ਬਾਦਲਕਿਆਂ ਦੇ ਨਾਲ-ਨਾਲ ਸਿਆਸਤ ਵੀ ਬਾਹਰ ਕੱਢਾਂਗੇ ਇਹ ਮਹੰਤਾਂ ਦੇ ਵਾਰਸ ਬਾਹਰ ਕੱਢ ਕੇ ਉਹਨਾਂ ਸ਼ਹੀਦਾਂ ਦੇ ਵਾਰਸ ਲਿਆਵਾਂਗੇ ਸਿੱਖ ਨੀਤੀ ਲਿਆਵਾਂਗੇ ਰਾਜਨੀਤੀ ਕੱਢਾਂਗੇ ਪੰਥ ਰੁਸ਼ਨਾਵਾਂਗੇ ਤਾਂ ਕਿ 100 ਸਾਲ ਬਾਅਦ ਸਾਡਾ ਇਤਿਹਾਸ ਦੁਹਰਾਇਆ ਜਾਏ ਜਿੱਥੇ ਸੁੰਦਰ ਦਾਸ ਮਹੰਤ ਤੇ ਗੋਰੀ ਸਰਕਾਰ ਦੇ ਕਾਲੇ ਦਿਲ ਵਾਲੇ ਔਰ ਇਹ ਬਾਦਲ ਕੇ ਵਾਰਸ ਬੈਠੇ ਨੇ ਉਸ ਉਸ ਉੱਥੇ ਉਸ ਵਕਤ ਦੇ ਡਾਂਗਾ ਖਾਣ ਵਾਲਿਆਂ ਦੇ ਵਾਰਸ ਇਹਨਾਂ ਨੂੰ ਕੱਢਣ ਵਾਲੇ ਅੱਜ ਵੀ ਗੁਰੂ ਕੇ ਸਿੱਖ ਤਿਆਰ ਬਰ ਤਿਆਰ ਬੈਠੇ ਨੇ ਔ ਸੌ ਸਾਲਾਂ ਨੂੰ ਸਮਰਪਿਤ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਜ਼ਾਦੀ ਲਈ ਲਾਮਬੰਦ ਹੋਈਏ ਉਥੇ 328 ਸਰੂਪ ਮਹਾਰਾਜ ਜੀ ਦੇ ਜਿਹੜੇ ਇਹਨਾਂ ਬਾਦਲ ਕਿਆਂ ਨਿਚੋਰੀ ਵਿੱਚ ਇਹਨੇ 22 ਮਹੀਨੇ ਹੋ ਗਏ ਸਾਨੂੰ ਉੱਥੇ ਬੈਠਿਆ ਨੂੰ ਉਹਦੇ ਵਾਸਤੇ ਪੰਜਾਬ ਸਰਕਾਰ ਤੇ ਹੋਰ ਜਿੱਥੇ-ਜਿੱਥੇ ਵੀ ਤੁਹਾਡੇ ਸੋਰਸ ਹੈਗੇ ਨੇ ਉਥੇ ਆਵਾਜ਼ ਜ਼ਰੂਰ ਬੁਲੰਦ ਕਰੋ ਤਾਂ ਕਿ ਇਹਨਾਂ ਦਾ ਇਨਸਾਫ ਲਿਆ ਜਾ ਸਕੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹੁਕਮ ਦਿੰਦਾ ਹੋਇਆ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ